ਜੀ ਆਇਆਂ ਨੂੰ ਕੋਰ ਟਿਪਸ ਪੰਜਾਬੀ ਤੇ ਅੱਜ ਦੀ ਵੀਡੀਓ 'ਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਸਟੈਪ ਬਾਏ ਸਟੈਪ ਮੇਕਅਪ ਟਿਊਟੋਰੀਅਲ ਬਿਗਨਰਸ ਦੇ ਲਈ। ਅਗਰ ਤੁਸੀਂ ਨਵਾਂ ਨਵਾਂ ਮੇਕਅਪ ਕਰਨਾ ਸਟਾਰਟ ਕੀਤਾ ਹੈ ਤੇ ਕਿਸ ਤਰ੍ਹਾਂ ਤੁਸੀਂ ਮੇਕਅਪ ਕਰ ਸਕਦੇ ਹੋ, ਮੈਂ ਬਹੁਤ ਹੀ ਘੱਟ ਪ੍ਰੋਡਕਟਸ ਯੂਜ਼ ਕਰਨੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਕਿ ਜਿਹੜੇ ਬਿਗਨਰਸ ਹੈ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਨਾ ਹੋਵੇ, ਕਿਉਂਕਿ ਅਗਰ ਮੈਂ ਸਾਰੇ ਬਹੁਤ ਸਾਰੇ ਪ੍ਰੋਡਕਟ ਇੱਕੋ ਸਾਥ ਦੱਸ ਦਿੱਤੇ ਤਾਂ ਤੁਹਾਨੂੰ ਪ੍ਰੋਬਲਮ ਹੋ ਸਕਦੀ ਹੈ ਕਿਹੜਾ ਪ੍ਰੋਡਕਟ ਕਿੱਦਾਂ ਲਗਾਉਣਾ, ਤੁਸੀਂ ਕਨਫਿਊਜ਼ ਹੋ ਸਕਦੇ ਹੋ। ਅਤੇ ਇਸ ਕਰਕੇ ਸਿੰਪਲ ਪ੍ਰੋਡਕਟਸ, ਘੱਟ ਪ੍ਰੋਡਕਟਸ ਦੇ ਨਾਲ ਕਿੱਦਾਂ ਤੁਸੀਂ ਚੰਗੀ ਤਰ੍ਹਾਂ ਮੇਕਅਪ ਕਰ ਸਕਦੇ ਹੋ, ਉਹ ਮੈਂ ਤੁਹਾਨੂੰ ਅੱਜ ਦੀ ਵੀਡੀਓ 'ਚ ਦੱਸਾਂਗੀ। ਅਤੇ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖਣਾ, ਚੈਨਲ ਨੂੰ ਅਗਰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਕੋਰ ਟਿਪਸ ਪੰਜਾਬੀ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਜ਼ਰੂਰ ਕਰਨਾ। ਅਗਰ ਤੁਸੀਂ ਹਿੰਦੀ 'ਚ ਮੇਰੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਕੋਰ ਟਿਪਸ ਚੈਨਲ ਨੂੰ, ਉਹਦੇ ਵਿੱਚ ਮੈਂ ਹਿੰਦੀ 'ਚ ਵੀਡੀਓਜ਼ ਪੋਸਟ ਕਰਦੀ ਹਾਂ ਅਤੇ ਇਸ ਚੈਨਲ ਦੇ ਉੱਤੇ ਮੈਂ ਪੰਜਾਬੀ ਵੀਡੀਓਜ਼ ਪੋਸਟ ਕਰਦੀ ਹਾਂ। ਅਤੇ ਚਲੋ ਹੁਣ ਸਟਾਰਟ ਕਰਦੇ ਹਾਂ ਮੇਕਅਪ ਟਿਊਟੋਰੀਅਲ। ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਸਕਿਨ ਨੂੰ ਕਰਨਾ ਹੁੰਦਾ ਮੋਇਸਚਰਾਈਜ਼। ਮੋਇਸਚਰਾਈਜ਼ ਦਾ ਮਤਲਬ ਕੋਈ ਵੀ ਮੋਇਸਚਰਾਈਜ਼ਰ ਤੁਸੀਂ ਲੈ ਸਕਦੇ ਹੋ, ਤੁਹਾਡੀ ਸਕਿਨ ਟਾਈਪ ਨੂੰ ਕਿਹੜਾ ਬੈਸਟ ਸੂਟ ਕਰਦਾ। ਜਿੱਦਾਂ ਕਿ ਮੇਰੀ ਸਕਿਨ ਡਰਾਈ ਹੈਗੀ ਹੈ ਅਤੇ ਮੈਂ ਮੋਸਟਲੀ ਇੱਦਾਂ ਦੇ ਮੋਇਸਚਰਾਈਜ਼ਰ ਯੂਜ਼ ਕਰਦੀ ਹਾਂ ਜਿਹਦੇ ਵਿੱਚ ਆਇਲ ਬੇਸ ਹੁੰਦਾ ਹੈ। ਜਿੱਦਾਂ ਕਿ ਨੈਚੁਰਲ ਬਾਥ ਐਂਡ ਬੋਡੀ ਦਾ ਮੋਇਸਚਰਾਈਜ਼ਰ ਹੈ, ਇਹ ਹੈ ਗ੍ਰੇਪਫਰੂਟ ਅਤੇ ਵਿਟਾਮਿਨ ਮੋਇਸਚਰਾਈਜ਼ਰ। ਲਾਈਟ ਵੇਟ ਹੈ ਲੇਕਿਨ ਇਹਦੇ 'ਚ ਗ੍ਰੇਪਫਰੂਟ ਆਇਲ ਹੈ ਜਿਹੜਾ ਕਿ ਡਰਾਈ ਸਕਿਨ ਵਾਲਿਆਂ ਦੇ ਲਈ ਬਹੁਤ ਹੀ ਵਧੀਆ ਹੈ। ਹੁਣ ਜੇ ਤੁਹਾਡੀ ਸਕਿਨ ਬਹੁਤ ਜ਼ਿਆਦਾ ਓਇਲੀ ਹੈ ਤਾਂ ਤੁਸੀਂ ਇਹ ਮੋਇਸਚਰਾਈਜ਼ਰ ਨਹੀਂ ਤੁਹਾਨੂੰ ਸੂਟ ਕਰੇਗਾ, ਕਿਉਂਕਿ ਹੋਰ ਵੀ ਸਕਿਨ ਜਿਹੜੀ ਹੈ ਉਹ ਚਿਪਚਿਪੀ ਹੋ ਜਾਏਗੀ। ਤੁਸੀਂ ਪਲਮ ਦਾ ਮੈਟ ਮੋਇਸਚਰਾਈਜ਼ਰ ਟਰਾਈ ਕਰੋ, ਉਹ ਤੁਹਾਡੇ ਸਕਿਨ ਦੇ ਉੱਤੇ ਆਇਲ ਨੂੰ ਕੰਟਰੋਲ ਰੱਖੇਗਾ। ਉਸ ਤੋਂ ਇਲਾਵਾ ਅਰੋਮਾ ਮੈਜਿਕ ਦੇ ਵਿੱਚ ਵੀ ਆਇਲ ਕੰਟਰੋਲ ਮੋਇਸਚਰਾਈਜ਼ਰ ਆਉਂਦਾ ਹੈ ਅਤੇ ਮੋਸਟਲੀ ਜਿਹੜੇ ਵੀ ਮੋਇਸਚਰਾਈਜ਼ਰ ਆਇਲ ਕੰਟਰੋਲ ਨੇ ਉਹੀ ਤੁਸੀਂ ਇਸਤੇਮਾਲ ਕਰੋ ਆਪਣੇ ਲਈ, ਉਹ ਤੁਹਾਡੇ ਲਈ ਵਧੀਆ ਰਹਿਣਗੇ। ਤੋਂ ਮੈਂ ਪਹਿਲਾਂ ਮੋਇਸਚਰਾਈਜ਼ਰ ਅਪਲਾਈ ਕਰਾਂਗੀ ਆਪਣੇ ਫੇਸ ਦੇ ਉੱਤੇ। ਮੋਇਸਚਰਾਈਜ਼ਰ ਕਿਉਂ ਜ਼ਰੂਰੀ ਹੈ? ਮੋਇਸਚਰਾਈਜ਼ਰ ਤੁਹਾਡੀ ਸਕਿਨ ਨੂੰ ਹਾਈਡਰੇਟ ਰੱਖਦਾ ਹੈ। ਉਹਦੇ ਉੱਤੇ ਜਦੋਂ ਤੁਸੀਂ ਹੁਣ ਮੇਕਅਪ ਅਪਲਾਈ ਕਰੋਗੇ, ਤੁਸੀਂ ਕਈ ਵਾਰ ਦੇਖਿਆ ਹੋਣਾ ਤੁਹਾਡਾ ਮੇਕਅਪ ਜਿਹੜਾ ਫਟਿਆ ਫਟਿਆ ਜਿਹਾ ਲੱਗਦਾ, ਇੱਦਾਂ ਲਾਈਨਸ ਆ ਜਾਂਦੀਆਂ, ਕੇਕੀ ਲੱਗਦਾ, ਫਾਊਂਡੇਸ਼ਨ ਨੈਚੁਰਲ ਲੁੱਕ ਨਹੀਂ ਆਉਂਦੀ ਹੈਗੀ। ਉਹਦਾ ਕਾਰਨ ਇਹ ਵੀ ਹੁੰਦਾ ਕਿ ਤੁਹਾਡੀ ਸਕਿਨ ਜਿਹੜੀ ਹੈ ਅੱਛੀ ਤਰ੍ਹਾਂ ਹੈਲਦੀ ਨਹੀਂ ਹੈਗੀ, ਹਾਈਡਰੇਟਡ ਨਹੀਂ ਹੈਗੀ, ਇਸ ਕਰਕੇ ਉਹ ਮੇਕਅਪ ਨੂੰ ਚੰਗੀ ਤਰ੍ਹਾਂ ਐਡਜਸਟ ਨਹੀਂ ਕਰ ਪਾ ਰਹੀ ਹੈਗੀ। ਅਤੇ ਇਸ ਲਈ ਮੇਕਅਪ ਅਪਲਾਈ ਕਰਨ ਤੋਂ ਪਹਿਲਾਂ ਮੋਇਸਚਰਾਈਜ਼ਰ ਜ਼ਰੂਰ ਲਗਾਉਣਾ ਹੈਗਾ। ਹੁਣ ਉਸ ਤੋਂ ਬਾਅਦ ਲਗਾਉਣਾ ਹੁੰਦਾ ਹੈ ਪ੍ਰਾਈਮਰ। ਪ੍ਰਾਈਮਰ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਜਿਨ੍ਹਾਂ ਦੀ ਸਕਿਨ ਹੈਗੀ ਆ ਓਇਲੀ, ਕਿਉਂਕਿ ਪ੍ਰਾਈਮਰ ਓਇਲ ਕੰਟਰੋਲ ਕਰਦਾ ਆ। ਅਗਰ ਤੁਹਾਡੀ ਸਕਿਨ ਦੇ ਉੱਤੇ ਬਹੁਤ ਸਾਰੇ ਪਿੰਪਲ ਜਾਂ ਰੈਡਨੈਸ ਹੈ ਤਾਂ ਉਹਦੇ ਲਈ ਅਲੱਗ ਤੋਂ ਪ੍ਰਾਈਮਰ ਮਿਲ ਜਾਣਗੇ। ਅਗਰ ਤੁਹਾਡੇ ਫੇਸ ਦੇ ਉੱਤੇ ਬਹੁਤ ਸਾਰੇ ਓਪਨ ਪੋਰਸ ਹੈ ਤਾਂ ਤੁਹਾਨੂੰ ਉਸ ਤਰ੍ਹਾਂ ਦਾ ਪ੍ਰਾਈਮਰ ਲੈਣਾ ਜਿਹੜਾ ਓਪਨ ਪੋਰਸ ਨੂੰ ਕਲੋਜ਼ ਕਰੇ, ਓਇਲ ਨੂੰ ਕੰਟਰੋਲ ਕਰੇ। ਅਗਰ ਤੁਹਾਡੀ ਸਕਿਨ ਡਰਾਈ ਹੈ ਤਾਂ ਤੁਹਾਨੂੰ ਹਾਈਡਰੇਟਿੰਗ ਪ੍ਰਾਈਮਰ ਲੈਣਾ। ਅਤੇ ਅਗਰ ਤੁਸੀਂ ਤੁਹਾਡੀ ਸਕਿਨ ਨੋਰਮਲ ਹੈ ਤਾਂ ਤੁਸੀਂ ਬਹੁਤ ਜ਼ਿਆਦਾ ਮੇਕਅਪ ਪ੍ਰੋਡਕਟਸ ਉੱਤੇ ਸਪੈਂਡ ਵੀ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਆਪਣੀ ਮੇਕਅਪ ਫਿਕਸਰ ਸਪਰੇਅ ਨੂੰ ਵੀ ਐਜ਼ ਅ ਪ੍ਰਾਈਮਰ ਯੂਜ਼ ਕਰ ਸਕਦੇ ਹੋ। ਮੈਂ ਯੂਜ਼ ਕਰਾਂਗੀ ਕਰੋਨੋਕੇਅਰ ਐਂਟੀ ਪਲਿਊਟ ਫੇਸ ਸਪਰੇਅ। ਇਹ ਪ੍ਰੋਡਕਟ ਤੁਹਾਨੂੰ ਇੰਸਟਾਗ੍ਰਾਮ 'ਤੇ ਮਿਲ ਜਾਏਗਾ ਜਾਂ ਕਰੋਨੋਕੇਅਰ ਦੀ ਵੈਬਸਾਈਟ ਦੇ ਉੱਤੇ ਵੀ ਅਵੇਲੇਬਲ ਮਿਲ ਜਾਏਗਾ। ਇਹ ਫੇਸ ਨੂੰ ਪੋਲਿਊਸ਼ਨ ਤੋਂ ਵੀ ਬਚਾਉਂਦਾ ਹੈ, ਫੇਸ ਦੇ ਉੱਤੇ ਇੱਕ ਪ੍ਰੋਟੈਕਟਿਵ ਸ਼ੀਲਡ ਬਣਾਉਂਦਾ ਹੈ। ਤਾਂ ਇਹਨੂੰ ਪ੍ਰਾਈਮਰ ਵੀ ਯੂਜ਼ ਕਰ ਸਕਦੇ ਹਾਂ ਔਰ ਇਹਨੂੰ ਮੇਕਅਪ ਨੂੰ ਸੈੱਟ ਕਰਨ ਦੇ ਲਈ ਲਾਸਟ ਵਿੱਚ ਵੀ ਯੂਜ਼ ਕਰ ਸਕਦੇ ਹਾਂ। ਪ੍ਰਾਈਮਰ ਤੋਂ ਬਾਅਦ ਨੈਕਸਟ ਸਟੈਪ ਹੈਗਾ ਫਾਊਂਡੇਸ਼ਨ। ਫਾਊਂਡੇਸ਼ਨ ਹਮੇਸ਼ਾ ਆਪਣੀ ਸਕਿਨ ਟਾਈਪ ਵਰਗ ਦੇ ਹਿਸਾਬ ਦੇ ਨਾਲ ਹੀ ਲਓ। ਅਗਰ ਤੁਹਾਡੀ ਸਕਿਨ ਓਇਲੀ ਹੈ ਤਾਂ ਹਮੇਸ਼ਾ ਮੈਟ ਫਾਊਂਡੇਸ਼ਨ ਹੀ ਲਓ, ਔਰ ਅਗਰ ਤੁਹਾਡੀ ਸਕਿਨ ਡਰਾਈ ਹੈ ਤਾਂ ਓਇਲ ਬੇਸ ਜਾਂ ਸਿਰਮ ਬੇਸ ਫਾਊਂਡੇਸ਼ਨ। ਓਇਲ ਬੇਸ ਤਾਂ ਨਹੀਂ ਆਉਂਦੇ ਲੇਕਿਨ ਸਿਰਮ ਬੇਸ ਫਾਊਂਡੇਸ਼ਨ ਤੁਹਾਨੂੰ ਮਾਰਕੀਟ 'ਚ ਮਿਲ ਜਾਣਗੇ, ਜਾਂ ਡੂਈ ਫਿਨਿਸ਼ ਵਾਲੇ ਫਾਊਂਡੇਸ਼ਨ ਜਿਨ੍ਹਾਂ 'ਚ ਹਲਕੀ ਜਿਹੀ ਸ਼ਾਈਨ ਹੋਵੇ, ਗਲੋ ਹੋਵੇ, ਤਾਂ ਤੁਹਾਡੇ ਚਿਹਰੇ ਦੇ ਉੱਤੇ ਇੱਕ ਨੈਚੁਰਲ ਗਲੋ ਲੈ ਕੇ ਆਏਗਾ। ਅਤੇ ਮੈਂ ਅੱਜ ਯੂਜ਼ ਕਰ ਰਹੀ ਹਾਂ ਮੇਬਲੀਨ ਦਾ ਫਾਊਂਡੇਸ਼ਨ ਡ੍ਰੀਮ ਸੈਟਨ ਸਕਿਨ। ਇਹ 'ਚ ਮੇਰਾ ਸ਼ੇਡ ਹੈਗਾ ਆ B5। ਮੈਂ ਬਸ ਇਹਦਾ ਇੱਕ ਹੀ ਪੰਪ ਲਊਂਗੀ ਥੋੜ੍ਹਾ ਜਿਹਾ, ਕਿਉਂਕਿ ਕਾਫੀ ਕਵਰੇਜ ਬਹੁਤ ਵਧੀਆ ਹੈਗੀ ਇਹਦੀ, ਕੁਛ 700 ਰੁਪਏ ਤੱਕ ਦਾ ਇਹ ਆਉਂਦਾ ਹੈ ਫਾਊਂਡੇਸ਼ਨ। ਕਵਰੇਜ ਅੱਛੀ ਹੈਗੀ ਇਸ ਕਰਕੇ ਮੈਂ ਸਿਰਫ ਇੱਕ ਹੀ ਪੰਪ ਲਗਾਉਣਾ, ਕਿਉਂਕਿ ਮੈਨੂੰ ਇਹ ਜਿਹੜਾ ਮੇਕਅਪ ਹੈਗਾ ਇਹ ਐਵਰੀ ਡੇ ਦੇ ਹਿਸਾਬ ਦੇ ਨਾਲ ਚਾਹੀਦਾ, ਬਹੁਤ ਜ਼ਿਆਦਾ ਹੈਵੀ ਕਵਰੇਜ ਨਹੀਂ ਚਾਹੀਦੀ। ਮਤਲਬ ਪਾਰਟੀ ਮੇਕਅਪ ਨਹੀਂ ਕਰ ਰਹੀ ਹੈਗੀ, ਇੱਕ ਸਿੰਪਲ ਐਵਰੀ ਡੇ ਮੇਕਅਪ ਕਰ ਰਹੀ ਹੈਗੀ ਹਾਂ ਡੇਲੀ। ਮਤਲਬ ਛੋਟੇ ਮੋਟੇ ਫੰਕਸ਼ਨਸ ਜਿੱਦਾਂ ਹੋਣ, ਜਿੱਦਾਂ ਕੁਝ ਕਿਟੀ ਪਾਰਟੀ 'ਚ ਤੁਸੀਂ ਜਾਣਾ ਹੈ ਜਾਂ ਕੋਈ ਜਾਗਰਣ ਹੈ ਉੱਥੇ ਜਾਣਾ ਆ, ਲਾਈਕ ਤੁਸੀਂ ਅੱਛੀ ਤਰ੍ਹਾਂ ਤਿਆਰ ਹੋ ਕੇ ਜਾਣਾ ਚਾਹੁੰਦੇ ਹੋ, ਮਤਲਬ 3-4 ਘੰਟੇ ਦਾ ਜਿਹੜਾ ਫੰਕਸ਼ਨ ਹੈਗਾ ਆ ਉਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਰੈਡੀ ਹੋ ਸਕਦੇ ਹਾਂ ਜਲਦੀ। ਮੈਂ ਇਸ ਵੇਲੇ ਗੱਲ ਕਰਦੇ ਕਰਦੇ ਵੀਡੀਓ ਕਰ ਰਹੀ ਹੈਗੀ ਹਾਂ, ਇਸ ਕਰਕੇ ਥੋੜ੍ਹਾ ਟਾਈਮ ਲੱਗ ਰਿਹਾ ਹੈਗਾ। ਫਾਊਂਡੇਸ਼ਨ ਨੂੰ ਤੁਹਾਨੂੰ ਅੱਛੀ ਤਰ੍ਹਾਂ ਵੀ ਇੰਪੋਰਟੈਂਟ ਚੈਲੇਂਜ ਹੁੰਦਾ ਹੈਗਾ ਆਈ ਸ਼ੈਡੋ। ਬਿਗਨਰ ਹੋ ਤੁਸੀਂ ਤਾਂ ਤੁਹਾਨੂੰ ਆਈ ਸ਼ੈਡੋ ਲਗਾਉਣਾ ਬਹੁਤ ਹੀ ਡਿਫੀਕਲਟ ਲੱਗ ਸਕਦਾ ਹੈ। ਬਹੁਤ ਸਾਰੀਆਂ ਲੇਡੀਜ਼ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਆਈ ਸ਼ੈਡੋ ਲਗਾਉਂਦੀਆਂ ਹੀ ਨਹੀਂ, ਕਿਉਂਕਿ ਉਹਨਾਂ ਲੱਗਦਾ ਖਰੀਦੀਆਂ ਤਾਂ ਜ਼ਰੂਰ ਹੈ ਮਾਰਕੀਟ ਤੋਂ ਲੇਕਿਨ ਅਪਲਾਈ ਨਹੀਂ ਕਰਦੀਆਂ, ਕਿਉਂਕਿ ਆਈ ਸ਼ੈਡੋ ਉਹਨਾਂ ਨੂੰ ਲੱਗਦਾ ਕਿ ਬਹੁਤ ਹੀ ਕੰਪਲੀਕੇਟਡ ਚੀਜ਼ ਹੈਗੀ ਹੈ। ਆਈ ਸ਼ੈਡੋ ਤੋਂ ਜਾਣ ਤੋਂ ਪਹਿਲਾਂ, ਲਗਾਉਣ ਤੋਂ ਪਹਿਲਾਂ ਤੁਸੀਂ ਹਮੇਸ਼ਾ ਆਪਣੇ ਆਈਲਿਡਸ ਦੇ ਉੱਤੇ ਇੱਕ ਪ੍ਰਾਈ
ਹੁਣ ਇਹਦੇ ਉੱਤੇ ਜਦੋਂ ਤੁਸੀਂ ਆਈ ਸ਼ੈਡੋ ਲਗਾਓਗੇ ਇੱਕ ਤਾਂ ਉਹ ਲੰਬੇ ਟਾਈਮ ਤੱਕ ਟਿਕਿਆ ਰਹੇਗਾ, ਮਤਲਬ ਮੋਸਟਲੀ ਤੁਸੀਂ ਦੇਖਿਆ ਹੋਣਾ ਤੁਸੀਂ ਆਈ ਸ਼ੈਡੋ ਲਗਾਉਂਦੇ ਹੋ, ਅਗਰ ਲਗਾਉਂਦੇ ਵੀ ਹੋ ਤਾਂ ਬਹੁਤ ਜਲਦੀ ਉਹ ਫਿੱਕਾ ਪੈ ਜਾਂਦਾ ਹੈ, ਮਤਲਬ ਉਹਦਾ ਰੰਗ ਹੀ ਗਾਇਬ ਹੋ ਜਾਂਦਾ ਹੈ। ਅਤੇ ਇਸ ਕਰਕੇ ਪਹਿਲਾਂ ਇੱਦਾਂ ਕੰਸੀਲਰ ਲਗਾ ਲਓ ਅੱਖਾਂ ਦੇ ਉੱਤੇ, ਅਤੇ ਹੁਣ ਉਹਦਾ ਬੇਸ ਰੈਡੀ ਹੋ ਗਿਆ, ਅਤੇ ਹੁਣ ਇਹਦੇ ਉੱਤੇ ਤੁਸੀਂ ਜਦੋਂ ਆਈ ਸ਼ੈਡੋ ਲਗਾਓਗੇ ਤਾਂ ਉਹਦਾ ਉਹ ਟਿਕਿਆ ਰਹੇਗਾ ਆਈ ਸ਼ੈਡੋ। ਔਰ ਇਹਨੂੰ ਤੁਸੀਂ ਅਗਰ ਤੁਹਾਡੇ ਡਾਰਕ ਸਰਕਲਸ ਹੈਗੇ ਆ, ਤਾਂ ਕੰਸੀਲਰ ਨੂੰ ਅਸੀਂ ਡਾਰਕ ਸਰਕਲਸ ਦੇ ਲਈ ਵੀ ਯੂਜ਼ ਕਰਨਾ ਹੈਗਾ ਆ। ਇਹਨੂੰ ਤੁਸੀਂ ਆਪਣੇ ਅੱਖਾਂ ਦੇ ਨੀਚੇ ਇਸ ਤਰ੍ਹਾਂ ਵੀ ਸ਼ੇਪ ਦੇ ਵਿੱਚ ਲਗਾਉਣਾ ਹੈ। ਅਗਰ ਤੁਸੀਂ ਡਿਟੇਲ 'ਚ ਦੇਖਣਾ ਚਾਹੁੰਦੇ ਹੋ ਵੀਡੀਓ ਕਿ ਕੰਸੀਲਰ ਕਿੱਦਾਂ ਲਗਾਈਦਾ ਹੈ, ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ, ਤੁਹਾਡੇ ਲਈ ਉਹ ਵਾਲੀ ਵੀਡੀਓ ਵੀ ਮੈਂ ਜ਼ਰੂਰ ਕਰਾਂਗੀ। ਮੈਂ ਬਸ ਇਹਨੂੰ ਆਪਣੀਆਂ ਫਿੰਗਰਸ ਦੇ ਨਾਲ ਹਲਕਾ ਜਿਹਾ ਪੈਟ ਹੀ ਕਰਨਾ ਅੱਖਾਂ ਦੇ ਨੀਚੇ, ਅਤੇ ਜਦ ਤੱਕ ਇਹ ਹਲਕਾ ਜਿਹਾ ਸੈੱਟ ਹੋ ਰਿਹਾ। ਬਿਗਨਰ ਹੋ ਅਤੇ ਆਈ ਸ਼ੈਡੋ ਪੈਲਟ ਹਲੇ ਤੱਕ ਕੋਈ ਨਹੀਂ ਖਰੀਦਿਆ ਹੈ, ਤਾਂ ਇੱਕ ਮੈਟ ਆਈ ਸ਼ੈਡੋ ਪੈਲਟ ਤੁਸੀਂ ਜ਼ਰੂਰ ਖਰੀਦੋ, ਕਿਉਂਕਿ ਉਹ ਮੈਟ ਕਲਰ ਜਿਹੜੇ ਹੁੰਦੇ ਉਹ ਅਪਲਾਈ ਕਰਨੇ ਜ਼ਿਆਦਾ ਆਸਾਨ ਹੁੰਦੇ ਆ। ਔਰ ਮਿਸ ਕਲੀਅਰ ਦਾ ਮੈਟ ਆਈ ਸ਼ੈਡੋ ਪੈਲਟ ਤੁਸੀਂ ਟਰਾਈ ਕਰ ਸਕਦੇ ਹੋ। ਅਤੇ ਅੱਜ ਦੀ ਵੀਡੀਓ 'ਚ ਮੈਂ ਯੂਜ਼ ਕਰ ਰਹੀ ਹਾਂ ਇਹ ਲਵ ਅਲਫਾ ਦਾ ਆਈ ਸ਼ੈਡੋ ਪੈਲਟ। ਇਹਦੇ 'ਚ ਸਾਰੇ ਸ਼ੇਡ ਥੋੜ੍ਹੇ ਜਿਹੇ ਸ਼ਾਈਨੀ ਹੈਗੇ ਆ, ਅਤੇ ਮੈਂ ਇਹ ਜਿਹੜਾ ਪਿੰਕ ਸ਼ੇਡ ਹੈਗਾ ਇਹਨੂੰ ਆਪਣੇ ਪੂਰੀ ਆਈਲਿਟ 'ਤੇ ਅਪਲਾਈ ਕਰੂੰਗੀ, ਇੱਕ ਹੀ ਸ਼ੇਡ ਅਪਲਾਈ ਕਰਾਂਗੀ। ਆਈਸ਼ੈਡੋ ਲਗਾਉਂਦੇ ਸਮੇਂ ਤੁਹਾਨੂੰ ਕਿਹੜੀ ਗੱਲ ਦਾ ਧਿਆਨ ਰੱਖਣਾ ਹੈ? ਤੁਹਾਨੂੰ ਆਈਸ਼ੈਡੋ ਆਪਣੀ ਕ੍ਰੀਜ਼ ਲਾਈਨ ਦੇ ਅੰਦਰ ਲਗਾਉਣਾ ਹੈ। ਕ੍ਰੀਜ਼ ਲਾਈਨ ਹੁੰਦੀ ਹੈ ਜਿੱਥੇ ਤੁਹਾਡੀਆਂ ਪਲਕਾਂ ਔਰ ਇਹ ਜਿਹੜਾ ਏਰੀਆ ਹੈ ਇਹ ਹੈ ਕ੍ਰੀਜ਼ ਲਾਈਨ ਤੁਹਾਡੀ। ਹਮੇਸ਼ਾ ਆਪਣਾ ਆਈਸ਼ੈਡੋ ਇਹਦੇ ਅੰਦਰ ਲਗਾਉਣਾ, ਇਹਦੇ ਉੱਪਰ ਨਹੀਂ ਲਗਾਉਣਾ ਹੈਗਾ, ਸਪੈਸ਼ਲੀ ਜੇ ਆਈਸ਼ੈਡੋ ਤੁਹਾਡਾ ਗਲਿਟਰੀ ਹੈਗਾ। ਅਤੇ ਮੈਂ ਸਿਰਫ ਇੱਕ ਹੀ ਆਈਸ਼ੈਡੋ ਦਾ ਕਲਰ ਲਿਆ ਔਰ ਦੇਖੋ ਮੈਂ ਸਿਰਫ ਉਹਨੂੰ, ਇਹ ਮੇਰੀ ਕ੍ਰੀਜ਼ ਲਾਈਨ ਹੈ ਔਰ ਮੈਂ ਬਸ ਇੰਨਾ ਇੰਨਾ ਹੀ ਲਗਾਉਣਾ, ਇਸ ਤੋਂ ਜ਼ਿਆਦਾ ਨਹੀਂ ਲਗਾਉਣਾ। ਜੇ ਤੁਸੀਂ ਬਿਗਨਰ ਹੋ ਤਾਂ ਪਲੀਜ਼ ਇਸ ਹੀ ਸਟੈਪ ਦੇ ਨਾਲ ਆਪਣਾ ਆਈ ਸ਼ੈਡੋ ਜਿਹੜਾ ਹੈ ਉਹ ਅਪਲਾਈ ਕਰਨਾ ਸਟਾਰਟ ਕਰੋ। ਪਹਿਲਾਂ ਇੱਕ ਕਲਰ ਦੇ ਨਾਲ ਜਦੋਂ ਤੁਹਾਨੂੰ ਕੌਨਫੀਡੈਂਸ ਆ ਜਾਏ ਕਿ ਮੈਂ ਇੱਕ ਕਲਰ ਚੰਗੀ ਤਰ੍ਹਾਂ ਲਗਾ ਪਾ ਰਹੀ ਹੈਗੀ ਹਾਂ, ਉਸ ਤੋਂ ਬਾਅਦ ਹੀ ਤੁਸੀਂ ਹੋਰ ਕਲਰਸ ਦੇ ਵਿੱਚ ਟਰਾਈ ਕਰਨਾ। ਮੇਕਅਪ ਫਿਨਿਸ਼ ਕਰ ਲਈਏ, ਉਸ ਤੋਂ ਬਾਅਦ ਫਿਰ ਬਾਕੀ ਦੇ ਫੇਸ ਮੇਕਅਪ 'ਤੇ ਚੱਲਾਂਗੇ। ਆਈਲਾਈਨਰ ਦੇ ਲਈ ਮੈਂ ਇੱਥੇ ਲਿਆ ਹੈ ਸਟਰ ਕੁਰਕੀ ਦਾ ਆਈਲਾਈਨਰ, ਇਹ ਤੁਹਾਨੂੰ purple.com 'ਤੇ ਮਿਲ ਜਾਏਗਾ ਕਿਉਂਕਿ ਮਾਰਕੀਟ 'ਚ ਅਵੇਲੇਬਲ ਨਹੀਂ ਹੈ। ਲੇਕਿਨ ਇੱਦਾਂ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈ ਕਿ ਤੁਸੀਂ ਇਹੀ ਲੈਣਾ, ਜਿਹੜਾ ਆਈਲਾਈਨਰ ਤੁਹਾਨੂੰ ਆਪਣੇ ਹਿਸਾਬ ਦੇ ਨਾਲ ਕੰਫਰਟੇਬਲ ਲੱਗੇ ਉਹ ਖਰੀਦੋ। ਇਹ ਵਾਲਾ ਮੈਂ ਇਸ ਲਈ ਇਸਤੇਮਾਲ ਕਰ ਰਹੀ ਹਾਂ, ਬਹੁਤ ਹੀ ਬਿਗਨਰ ਫਰੈਂਡਲੀ ਹੈ, ਮਤਲਬ ਤੁਸੀਂ ਅਗਰ ਪਹਿਲੀ ਵਾਰ ਆਈਲਾਈਨਰ ਲਗਾ ਰਹੇ ਹੋ ਤਾਂ ਇਹਦੇ ਨਾਲ ਟਰਾਈ ਕਰਨਾ, ਆਸਾਨੀ ਨਾਲ ਲੱਗ ਜਾਂਦਾ, ਇਹਦਾ ਵੌਂਡ ਕਾਫੀ ਸਟਰਡੀ ਹੈਗਾ, ਆਸਾਨੀ ਨਾਲ ਆਈਲਾਈਨਰ ਤੁਸੀਂ ਲਗਾ ਸਕਦੇ ਹੋ। ਮੈਂ ਕੋਈ ਵਿੰਗ ਆਈਲਾਈਨਰ ਨਹੀਂ ਲਗਾਉਂਗੀ ਕਿਉਂਕਿ ਵਿੰਗ ਆਈਲਾਈਨਰ ਬਹੁਤ ਜ਼ਿਆਦਾ ਡਰਮੈਟਿਕ ਲੱਗਦੇ ਨੇ ਮੈਨੂੰ, ਅਤੇ ਸਿੰਪਲ ਜਿਹਾ ਆਈਲਾਈਨਰ ਅਸੀਂ ਰੱਖਾਂਗੇ। ਕਜਲ ਨੂੰ ਤੁਸੀਂ ਆਪਣੀ ਲੋਅਰ ਲੈਸ਼ ਲਾਈਨ ਅਤੇ ਅਪਰ ਲੈਸ਼ ਲਾਈਨ ਦੋਨਾਂ 'ਤੇ ਅਪਲਾਈ ਕਰਨਾ ਹੈ। ਦੈਟਸ ਇਟ। ਅਤੇ ਹੁਣ ਅਸੀਂ ਲਗਾਵਾਂਗੇ ਮਸਕਾਰਾ। ਮਸਕਾਰਾ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ। ਅੱਜ ਮੈਂ ਯੂਜ਼ ਕਰ ਰਹੀ ਹਾਂ ਬਲੂ ਹੈਵਨ ਦਾ ਸਿਗਨੇਚਰ ਮਸਕਾਰਾ। ਇਹ ਐਵਰੀ ਡੇ ਲਈ ਠੀਕ ਹੈ ਮਸਕਾਰਾ, ਲੇਕਿਨ ਵਾਟਰਪਰੂਫ ਨਹੀਂ ਹੈਗਾ ਇਹ, ਇਸ ਲਈ ਤੁਸੀਂ ਬਸ ਇਹਨੂੰ ਥੋੜ੍ਹੇ ਜਿਹਾ ਟਾਈਮ ਲਈ ਅਗਰ ਤੁਹਾਨੂੰ ਇੱਕਦਮ ਨੈਚੁਰਲ ਨੈਚੁਰਲ ਲੁੱਕ ਚਾਹੀਦੀ ਹੈ ਤਾਂ ਇਹਨੂੰ ਯੂਜ਼ ਕਰ ਸਕਦੇ ਹੋ। ਮੈਂ ਇੱਥੇ ਮੀਨਾਓ ਦੀ ਪੈਨਸਿਲ ਯੂਜ਼ ਕਰ ਰਹੀ ਹਾਂ, ਗ੍ਰੇ ਕਲਰ 'ਚ ਹੈ ਇਹ ਪੈਨਸਿਲ, ਸਿਰਫ 30 ਰੁਪਏ ਦੀ ਮਿਲਾ ਤੁਹਾਨੂੰ ਆਸਾਨੀ ਨਾਲ ਮਿਲ ਜਾਏਗੀ। ਮੈਂ ਜਲੰਧਰ ਤੋਂ ਬਾਏ ਕੀਤੀ ਸੀਗੀ ਇਹ, ਅਤੇ ਹਰ ਜਗ੍ਹਾ ਆਈ ਥਿੰਕ ਈਜ਼ੀਲੀ ਮਿਲ ਜਾਏ। ਮੇਕਅਪ ਦੇ ਵਿੱਚ ਫੇਸ ਮੇਕਅਪ 'ਚ ਬਹੁਤ ਸਾਰੇ ਸਟੈਪ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਕੰਟੂਰਿੰਗ ਇੱਕ ਨਵਾਂ ਸਟੈਪ ਹੈ ਔਰ ਹਾਈਲਾਈਟਿੰਗ। ਇਹ ਤੁਸੀਂ ਜਿਹੜੇ ਦੋਨੋਂ ਸਟੈਪ ਹੈ, ਮੇਰੀ ਪਰਸਨਲ ਚੋਇਸ ਹੈ, ਮੈਂ ਨਾਈਟ ਮੇਕਅਪ 'ਚ ਪ੍ਰੈਫਰ ਕਰਦੀ ਹਾਂ। ਬਿਗਨਰਸ ਦੇ ਲਈ ਕੰਟੂਰਿੰਗ ਡਿਫੀਕਲਟ ਹੁੰਦਾ ਹੈਗਾ, ਬਿਲਕੁਲ ਆਸਾਨ ਨਹੀਂ ਹੁੰਦਾ ਕੰਟੂਰ ਲਗਾਉਣਾ, ਇਸ ਕਰਕੇ ਅਗਰ ਤੁਸੀਂ ਬਿਗਨਰ ਹੋ ਤਾਂ ਪਲੀਜ਼ ਕਰੀਮ ਕੰਟੂਰਸ ਦੇ ਉੱਤੇ ਪੈਸੇ ਇਨਵੈਸਟ ਨਾ ਕਰੋ। ਤੁਸੀਂ ਜਿਹੜੇ ਪਾਊਡਰ ਕੰਟੂਰਸ ਹੈ ਉਹ ਲੈ ਕੇ ਤੁਸੀਂ ਟਰਾਈ ਕਰ ਸਕਦੇ ਹੋ, ਲੇਕਿਨ ਅੱਜ ਦੀ ਵੀਡੀਓ 'ਚ ਮੈਂ ਕੰਟੂਰਿੰਗ ਨਹੀਂ ਦਿਖਾ ਰਹੀ, ਮੈਂ ਤੁਹਾਨੂੰ ਅਲੱਗ ਇੱਕ ਡਿਫਰੈਂਟ ਵੀਡੀਓ 'ਚ ਸਿਖਾਵਾਂਗੀ ਕਿ ਕੰਟੂਰਿੰਗ ਕਿੱਦਾਂ ਕਰੀਦੀ ਹੈ। ਮੈਂ ਸਿੱਧਾ ਬਲਸ਼ਰ ਅਪਲਾਈ ਕਰਾਂਗੀ, ਅਤੇ ਮੈਂ ਸੇਮ ਆਪਣਾ ਜਿਹੜਾ ਮੇਰਾ ਲਵ ਅਲਫਾ ਪੈਲਟ ਹੈਗਾ ਉਹਦੇ ਵਿੱਚ ਹੀ ਜਿਹੜਾ ਇੱਕ ਬਲਸ਼ਰ ਹੈਗਾ, ਬਹੁਤ ਹੀ ਬਿਊਟੀਫੁਲ ਨੈਚੁਰਲ ਕਲਰ ਹੈ ਇਹ ਬਲਸ਼ਰ ਦਾ, ਔਰ ਇਹ ਬਹੁਤ ਹੀ ਬਿਊਟੀਫੁਲ ਜਿਹਾ ਕਲਰ ਦਿੰਦਾ ਮੇਰੇ ਚੀਕਸ ਨੂੰ, ਪਿੰਕੀ ਪਿੰਕੀ ਜਿਹਾ, ਅਤੇ ਮੈਂ ਇਹ ਬਲਸ਼ਰ ਅਪਲਾਈ ਕਰ ਰਹੀ ਹਾਂ ਆਪਣੇ ਚੀਕਸ ਦੇ ਉੱਪਰ। ਔਰ ਡੇ ਟਾਈਮ ਦੇ ਵਿੱਚ ਤੁਸੀਂ ਚਾਹੋ ਤਾਂ ਹਾਈਲਾਈਟਰ ਅਵੋਇਡ ਕਰ ਸਕਦੇ ਹੋ, ਇੰਨਾ ਜ਼ਿਆਦਾ ਵਧੀਆ ਨਹੀਂ ਲੱਗਦਾ, ਸਪੈਸ਼ਲੀ ਗਰਮੀ ਦੇ ਮੌਸਮ 'ਚ ਹਾਈਲਾਈਟਰ ਬਹੁਤ ਜ਼ਿਆਦਾ ਇੱਦਾਂ ਇੱਥੇ ਚੀਕਸ 'ਤੇ ਲਗਾਇਆ ਉਨਾ ਵਧੀਆ ਨਹੀਂ ਲੱਗਦਾ ਹੈਗਾ।
नाइट मेकअप च लगा सकते हो, नाइट मेकअप च बहुत ही अच्छा लगता है। देख रहे हो तुम ये ब्लशर कितना पिंकी पिंकी है। थोड़ा जहां मैं अपनी चीक्स से लगावांगी और नोज और फोरहेड के उत्ते भी, एंड दैट्स इट। अगर तुम्हें कभी भी लगे कि तुम जो ब्लशर लगाया बहुत ज़्यादा तुम डार्क लग रहा है तो तुम उन्हें अपने वैट ब्यूटी ब्लेंडर के नाल किसी भी टाइम हल्का जहा इस तरह एडजस्ट कर सकते हो, वह कलर जोड़ा है उन्होंने एडजस्ट कर सकते हो लिपस्टिक दे उत्ते। ते लिपस्टिक च मैं आज यूज़ करांगी मेबलीन दी लिपस्टिक, कलर शो कलेक्शन फ्लेमिंग फूशिया, मेरा फेवरेट सॉरी मेरा फेवरेट पिंक कलर है। कॉम्पैक यूज करांगी, मैं यूज कर रही हूँ नेल्फ यूएसए का कॉम्पैक और ये मैं अपने पूरे मेकअप को सैट करांगी। गर्मियों के कॉम्पैक या लूज पाउडर तुम यूज कर सकते हो अपने मेकअप को सैट करन दे ले, ताकि जो थोड़ा मेकअप है वो थोड़ा उच्च पसीना घट आए, स्वेट प्रूफ हो जाए, लोंग लास्टिंग हो जाए, तो इसलिए मैं कॉम्पैक यूज कर रही हूँ। तुम लूज पाउडर भी यूज कर सकते हो अगर तुम कॉम्पैक जोड़ा है वो तुम लगता है कि बहुत ज़्यादा नैचुरल लुक नहीं आ रही, तो ज़्यादा नैचुरल लुक जी है वो लूज पाउडर के नाल आएगी, तो फील फ्री टू यूज अ लूज पाउडर। अगर तुम इस वे मेरा फेस बहुत ज़्यादा वाइट लग रहा है, जिदा कि मैं पहला दसिया ये थोड़ा जहा ऑक्सीडाइज होएगा थोड़ी देर बाद। आई होप तुम ये वीडियो हेल्पफुल लगा रहे होगा। अगर तुम्हें यह वीडियो पसंद आया है तो मेरे चैनल को सबसक्राइब करो, तो नीचे दिए गए लाइक के बटन प्रेस जरूर करना। मिलेंगे तो अगले हफ्ते। तो अपनी कोई थोड़ी फरमाइश है, तुम अगली वीडियो किस तरह की देखना चाहते हो, कि मेकअप ट्यूटोरियल देखना चाहते हो पंजाबी सूट के नाल, किहड़े रंग के पंजाबी सूट के नाल मेकअप ट्यूटोरियल देखना चाहते हो मैं जरूर दसना, क्योंकि अगली वीडियो मैं थोड़े लिए जरूर उस हिसाब के बनावगी जो थोड़ी रिक्वेस्ट हो। तो मिलते हैं अगले हफ्ते, तद तक वीडियो लाइक कर दो, शेयर करो, तो चैनल सबसक्राइब करो। बाय, टेक केयर।